ਪੰਜਵੇਂ ਨਾਨਕ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੀਵਾਨ ਦੇ ਵਿੱਚ ਬੈਠੇ ਹਨ। ਸੰਮਣ ਦੇ ਘਰ ਦੀਵਾਨ ਸਜਿਆ ਹੋਇਆ ਹੈ ਅਤੇ ਸੰਮਣ ਨੂੰ ਆਵਾਜ਼ ਮਾਰਦੇ ਹਨ ਕਿ ਆਪਣੇ ਬੇਟੇ ਮੂਸਣ ਨੂੰ ਆਵਾਜ਼ ਮਾਰ, ਅਤੇ ਉਹ ਸੰਮਣ ਆਵਾਜ਼ ਮਾਰਦਾ ਹੈ ਅਤੇ ਗੁਰੂ ਸਾਹਿਬ ਕਹਿੰਦੇ ਨੇ ਇਹ ਆਵਾਜ਼ ਤਾਂ ਮੈਨੂੰ ਹਲੇ ਮੇਰੇ ਤੱਕ ਵੀ ਨਹੀਂ ਪਹੁੰਚੀ, ਉੱਚੀ ਦੇਣੀ ਆਵਾਜ਼ ਮਾਰ। ਜਦੋਂ ਸੰਮਣ ਉੱਚੀ ਦੇਣੀ ਆਵਾਜ਼ ਮਾਰਦਾ ਤਾਂ ਮੂਸਣ ਚੁਬਾਰੇ ਦੇ ਵਿੱਚੋਂ ਆਣ ਕੇ ਸੰਗਤ ਦੇ ਵਿੱਚ ਬੈਠ ਜਾਂਦਾ ਹੈ ਅਤੇ ਸੰਮਣ ਆਪਣੇ ਪੁੱਤਰ ਮੂਸਣ ਨੂੰ ਗਲ ਨਾਲ ਲਾਉਂਦਾ ਹੈ, ਗੁਰੂ ਸਾਹਿਬ ਦੇ ਕੋਲ ਨਮਸਕਾਰ ਕਰਦੇ ਹਨ। ਗੁਰੂ ਸਾਹਿਬ ਸੰਮਣ ਨੂੰ ਸੱਜੇ ਪਾਸੇ ਅਤੇ ਮੂਸਣ ਨੂੰ ਖੱਬੇ ਪਾਸੇ ਲੈ ਕੇ ਬੈਠੇ ਹਨ, ਪਰ ਸੰਗਤ ਨੂੰ ਪਤਾ ਨਹੀਂ ਹੈ ਕਿਉਂ ਬੈਠੇ ਹਨ, ਕਿਸ ਤਰ੍ਹਾਂ ਬੈਠੇ ਹਨ, ਕੀ ਕਾਰਨ ਹੈ, ਇਹ ਤਾਂ ਗੁਰੂ ਹੀ ਜਾਣਦਾ ਹੈ। ਅਤੇ ਸੰਗਤ ਪੁੱਛਦੀ ਹੈ, ਗੁਰੂ ਸਾਹਿਬ ਸਾਨੂੰ ਤੁਸੀਂ ਦੱਸੋ, ਤੁਸੀਂ ਇਹਨਾਂ ਨੂੰ ਆਪਣੇ ਵਿੱਚ ਨਾਲ ਬਗਲਗੀਰ ਕਰਕੇ ਬੈਠੇ ਹੋ, ਇਸ ਦੀ ਗੱਲ ਦੱਸੋ ਕੀ ਗੱਲ ਹੈ। ਅਤੇ ਗੁਰੂ ਸਾਹਿਬ ਸੰਮਣ ਨੂੰ ਕਹਿੰਦੇ ਹਨ ਕਿ ਤੂੰ ਸਿੱਖਾਂ ਨੂੰ ਆਪਣੀ ਕਹਾਣੀ ਦੱਸ, ਅਤੇ ਸੰਮਣ ਇਸ ਤਰ੍ਹਾਂ ਕਹਾਣੀ ਦੱਸਦਾ ਹੈ। ਬਾਬੂ ਰਾਜਬਲੀ ਜੀ ਇਸ ਤਰ੍ਹਾਂ ਛੰਦ ਦੇ ਵਿੱਚ ਲਿਖਦੇ ਹਨ, ਸੰਮਣ ਕਿਸ ਤਰ੍ਹਾਂ ਸੰਗਤ ਨੂੰ ਆਪਣੀ ਸਾਰੀ ਕਹਾਣੀ ਦੱਸਦਾ ਹੈ। ਹੱਥ ਬੰਨ ਕੇ ਆਖਦਾ ਸੰਗਤਾਂ ਨੂੰ, ਮੇਰੀ ਸੱਚ ਦੀ ਅਰਜ ਪੁਕਾਰ ਸਿੱਖੋ, ਪਾਏ ਚਰਨ ਗੁਰਦੇਵ ਲਾਹੌਰ ਅੰਦਰ, ਨਹੀਂ ਜਾਫਤਾਂ ਦਾ ਆਉਂਦਾ ਵਾਰ ਸਿੱਖੋ, ਮੈਂ ਵੀ ਰੋਜ਼ ਫਰਜੰਦ ਨੂੰ ਨਾਲ ਲੈ ਕੇ ਜਾਂਦਾ ਗੋਰਾਂ ਦੇ ਨਾਲ ਸਰਦਾਰ ਸਿੱਖੋ, ਤਾਨਾ ਮਾਰਿਆ ਇੱਕ ਲਾਹੌਰੀਆ ਨੇ, ਸੰਮਣ ਹੋਰੀ ਟੁਕ ਟੇਰ ਗਵਾਰ ਸਿੱਖੋ, ਨਿੰਦਾ ਦੇਣ ਨਾ ਆਪ ਹਮੇਸ਼ ਖਾਂਦੇ, ਮੀਣਾ ਮਾਰਿਆ ਜਾਈ ਖਾਰ ਸਿੱਖੋ, ਚੁੱਭੀ ਗੱਲ ਗਰੀਬ ਨੂੰ ਤੀਰ ਵਾਂਗੂ, ਲੰਘ ਗਈ ਕਲੇ ਜਿਉਂ ਪਾਰ ਸਿੱਖੋ, ਅਸੀਂ ਬਾਪ ਪੁੱਤਰ ਕੱਚੇ ਲਿਲ ਹੋ ਗਏ, ਨਿਉਂਦਾ ਵਰਜਤਾ ਗੁਰਾਂ ਦਾ ਚਾਰ ਸਿੱਖੋ, ਪੱਲੇ ਦਾਮ ਨਾ ਖਰਚ ਪੰਜ ਸੈਂਕੜੇ ਦਾ, ਸਿੱਧਾ ਲੈਣ ਜਾ ਗਏ ਬਾਜ਼ਾਰ ਸਿੱਖੋ, ਸਾਰਾ ਜਾਣ ਦਾ ਸ਼ਹਿਰ ਕੰਗਾਲ ਫਿਰਦੇ, ਸੌਦਾ ਦੇਣ ਨਾ ਸੇਠ ਉਧਾਰ ਸਿੱਖੋ, ਆ ਕੇ ਬੈਠ ਕੇ ਘਰੇ ਵਿਚਾਰ ਕਰਦੇ, ਜਾਵੇ ਪੇਸ਼ ਨਾ ਸਿੱਖ ਲਾਚਾਰ ਸਿੱਖੋ, ਸੋਚਾ ਸੋਚਦਿਆਂ ਇੱਕ ਦਲੀਲ ਦੌੜੀ, ਹੱਟ ਭੰਨਣ ਨੂੰ ਹੋ ਗਏ ਤਿਆਰ ਸਿੱਖੋ, ਲੋੜ ਜਾਫਤਾਂ ਵਾਸਤੇ ਪੰਜ ਪੰਜ ਸੌ ਦੀ, ਨਹੀਂ ਹੋਰ ਚੜਾਵਣਾ ਭਾਰ ਸਿੱਖੋ,
ਅੱਧੀ ਰਾਤ ਬੁਜ਼ਾਰ ਦੇ ਸੇਠ ਸੌਂ ਗਏ, ਘਰੋਂ ਚੱਲ ਪਏ ਹੌਸਲਾ ਧਾਰ ਸਿੱਖੋ। ਉੱਤੋਂ ਛੱਤ ਮਕਾਨ ਦੀ ਪਾੜ ਕੇ ਤੇ ਦਿੱਤਾ ਗਬਰੂ ਪੁੱਤ ਉਤਾਰ ਸਿੱਖੋ। ਥੈਲੀ ਚੁੱਕ ਦੁਕਾਨ ਚੋਂ 500 ਦੀ, ਅਸੀਂ ਰੱਖਤੀ ਪਾੜ ਚੋਂ ਬਾਹਰ ਸਿੱਖੋ। ਗਮਾਂ ਨਾਲ ਸਰੀਰ ਸੀ ਪਿਆ ਸੁੱਕਾ, ਜਦੋਂ ਉਤਰਿਆ ਪਾੜ ਵਿਚਕਾਰ ਸਿੱਖੋ। ਥਿਆ ਗਏ 500 ਚਿੜੇ ਦੀ ਜੀਭ ਵਰਗੇ, ਹੋ ਗਿਆ ਇੱਕ ਤੋਂ ਫੁੱਲ ਕੇ ਚਾਰ ਸਿੱਖੋ। ਉਸੇ ਪਾੜ ਵਿੱਚ ਦੀ ਲੰਘਿਆ ਜਾਣ ਦਾ ਨਾ ਰਿਹਾ ਜ਼ੋਰ ਬਥੇਰੜਾ ਮਾਰ ਸਿੱਖੋ। ਸਾਰਾ ਸ਼ੋਰ ਸਾਡਾ ਸ਼ੋਰ ਸੁਣ ਬਾਣੀਆ ਜਾਗ ਪਿਆ ਸੀ, ਪੈਰ ਪਕੜ ਕੇ ਲਿਆ ਕਲਿਆਰ ਸਿੱਖੋ। ਚੱਲੇ ਵਸ ਨਾ ਆਖਦਾ ਪੁੱਤ ਮੇਰਾ, ਮੇਰੇ ਖਿੱਚ ਕੇ ਮਾਰ ਤਲਵਾਰ ਸਿੱਖੋ। ਧੂਲੇ ਮਿਆਨ ਚੋਂ ਤੇਗ ਮੈਂ ਤਾਂ ਲਿਆ, ਮਾਰ ਕੇ ਸੀਸ ਉਤਾਰ ਸਿੱਖੋ। ਸੀਸ ਪੁੱਤ ਦਾ ਤੇ ਥੈਲੀ 500 ਦੀ, ਘਰੇ ਰੱਖਤਾ ਮਾਰ ਸ਼ਿਕਾਰ ਸਿੱਖੋ। ਲੋਥ ਵੇਖ ਕੇ ਬਾਣੀਏ ਦਹਿਲ ਗਏ ਸੀ, ਗੁੰਮ ਹੋ ਗਿਆ ਕੁੱਲ ਪਰਿਵਾਰ ਸਿੱਖੋ। ਬੋਰੀ ਲੈ ਕੇ ਥੋੜੀ ਜੀ ਦੇਰ ਮਗਰੋਂ ਮੇਰੇ ਮਗਰ ਆਇਆ ਸ਼ਾਹੂਕਾਰ ਸਿੱਖੋ। ਕਹਿੰਦਾ ਚੋਰ ਦੀ ਲੋਥ ਉਠਾ ਹੱਟੋ, ਦੇਵੀ ਵਿੱਚ ਦਰਿਆ ਦੇ ਤਾਰ ਸਿੱਖੋ। ਹੱਥ ਜੋੜ ਕੇ ਸੇਠ ਨੇ ਮਿੰਨਤ ਕੀਤੀ, ਨਾਲ ਤੁਰ ਪਿਆ ਸੁਣਦਿਆਂ ਸਾਰ ਸਿੱਖੋ। ਪੰਡ ਚੁੱਕ ਦੁਕਾਨ ਤੋਂ ਬਾਹਰ ਆਇਆ, ਪੈਰ ਥਿਬ ਗਿਆ ਗਿਰ ਗਿਆ ਭਾਰ ਸਿੱਖੋ। ਜਿੰਦਾ ਲਾ ਲਿਆ ਮਗਰੋਂ ਬਾਣੀਏ ਨੇ ਕਿਹਾ, ਹੱਥ ਪੂਆ ਕਾ ਪੂਆ ਕਰੇ ਅਨਕਾਰ ਸਿੱਖੋ। ਚੱਕੀ ਗਈ ਨਾ ਲੋਥ ਪੁੱਤ ਗਬਰੂ ਦੀ, ਰੋਣ ਡਹਿ ਗਿਆ ਜਾਰ ਪੁਰਜਾਰ ਸਿੱਖੋ। ਇੰਨੇ ਆਣ ਗੁਰੂ ਸਾਹਿਬ ਨੇ ਪੁੱਛਿਆ ਸੀ, ਸੋਭਾ ਸਾਰ ਕੀ ਪਿਆ ਵਿਹਾਰ ਸਿੱਖੋ। ਕੀਤੀ ਅਰਜ਼ ਮੈਂ ਸਬਜ਼ੀਆਂ ਲੈਣ ਗਿਆ ਸੀ, ਪੰਡ ਡੇਗ ਲਈ ਗਲੀ ਵਿਚਕਾਰ ਸਿੱਖੋ। ਗੁਰਾ ਪੰਡ ਚਕਾਤੀ ਸੀਸ ਉੱਤੇ, ਘਰੇ ਪਹੁੰਚ ਗਿਆ ਦੁੱਖ ਸਹਾਰ ਸਿੱਖੋ। ਜਾ ਕੇ ਲੋਥ ਟਕਾਤੀ ਸੀਸ ਕੋਲੇ, ਮੇਰੀ ਮੰਨਣੀ ਸੱਚ ਗੁਫਤਾਰ ਸਿੱਖੋ। ਗੁਰੂ ਸਾਹਿਬ ਦਿਨ ਟਲੇ ਤਸ਼ਰੀਫ ਲਿਆਏ, ਲੱਗੀ ਬੇੜੇ ਦੇ ਵਿੱਚ ਗੁਲਜ਼ਾਰ ਸਿੱਖੋ। ਸ਼ਾਮ ਵਕਤ ਲਗਾਈਆਂ ਪੰਗਤਾਂ ਸੀ,
ਬਹਿ ਕੇ ਸੰਗ ਤਾਂ ਕਰਨ ਆਹਾਰ ਸਿੱਖੋ। ਅਰਜਨ ਦੇਵ ਕਹਿੰਦੇ ਕਿੱਥੇ ਪੁੱਤ ਤੇਰਾ, ਰਿਹਾ ਟਾਲ ਦਾ ਵਕਤ ਗੁਜ਼ਾਰ ਸਿੱਖੋ। ਜਦੋਂ ਤਾੜ ਕੇ ਆਖਿਆ ਸਾਧਿਓ ਨੂੰ, ਮਾਰੀ ਜ਼ੋਰ ਦੀ ਆਵਾਜ਼ ਲਲਕਾਰ ਸਿੱਖੋ। ਮੇਰਾ ਮਰਿਆ ਵਿਆ ਪੁੱਤ ਸੁਰਜੀਤ ਕਰਤਾ, ਦਿੱਤਾ ਮੱਚ ਦਾ ਕਾਲ ਜਾ ਠਾਰ ਸਿੱਖੋ। ਰਾਜ ਬੋਲੀ ਧਨ ਪੰਜਵੀਂ ਪਾਤਸ਼ਾਹੀ, ਰਾਜ ਬੋਲੀ ਧਨ ਪੰਜਵੀਂ ਪਾਤਸ਼ਾਹੀ, ਬੇੜਾ ਡੁੱਬੇ ਆਲਾ ਤਾ ਪਾਰ ਸਿੱਖੋ।